ਤੇ ਵੈਲਕਮ ਟੂ ਨਿਊ ਵਲੌਗ ਤੇ ਸਾਰਿਆਂ ਨੂੰ ਪਰਪਰੇ ਸਤਿ ਸ੍ਰੀ ਅਕਾਲ। ਅੱਜ ਆ ਬਿਨਾਂ ਲਾਈਟ ਵਾਲਾ ਦਿਨ, ਕੱਟ ਲੱਗਿਆ ਹੋਇਆ, ਰੇਹ ਚੱਕ ਲਿਆ ਸੀ ਅਤੇ ਹੁਣ ਨਾਲੇ ਸੀਗੇ। ਅਤੇ ਮੈਂ ਪਿਛਲੇ ਵਲੌਗ ਦੇ ਵਿੱਚ ਮੈਂ ਪਿੰਡ ਗਿਆ ਸੀ, ਹੈ ਨਾ, ਪੀਸ ਪੂਸ ਲੈਣ ਬਿਮਾਰ ਸੀਗਾ ਰੇੜੀ, ਅਤੇ ਹੁਣ ਕਰਨਾ ਉਹ ਢੇਰੀਆਂ ਪਰਾਹ ਕਰਨੀਆਂ, ਕਰਾਹ ਕਰੂ ਲੈ ਕੇ ਚੱਲਾਂਗੇ ਵਾਹਣ ਦੇ ਵਿੱਚ। डिटेल विच बिलो जट का के तेरे शहर दी मंडीर फॉलो कर दी स्वैग सदा कुर्ते पजामे नाल खेसी बलिए रख साब किरका ने तेरी कैडी लैग नू सैनू गल समझावा मोटी मोटी नखरो बिलो साडे मैसी सब राजा करके करा आलिया दी पक दिया रोटी नखरो मैं सोची ना रकाने गल करदा मैं लाके तेनू होना नी यकीन पुछी पापा जी नू जाके कित्थों आउंदियां जोखां दी पुन पुन छलियां खेत साडे ही अगाउंदे ना विदेशी वलिए ਬਹੁਤ ਚਿਰ ਪਹਿਲਾਂ ਕਰਤਾ ਮਤਲਬ ਉਹ ਵਲੌਗ ਦੀ ਫਾਈਲਾਂ ਕੁਝ ਡਿਲੀਟ ਹੋ ਗਈਆਂ ਤਾਂ ਦੁਬਾਰਾ ਸ਼ੂਟ ਕਰ ਰਿਹਾ ਤੇ ਚਲੋ ਆ ਵੈਸੇ ਆ ਸ਼ੂਟ ਮੈਂ ਅਗਲੇ ਵਲੌਗ ਲਈ ਕਰਨਾ ਸੀਗਾ ਤੇ ਚਲੋ ਆ ਵੈਸੇ ਆਹ ਸ਼ੂਟ ਮੈਂ ਅਗਲੇ ਵਲੌਗ ਲਈ ਕਰਨਾ ਸੀਗਾ ਲੇਕਿਨ ਹੁਣ ਵਾਲੇ ਵਲੌਗ ਲਈ ਕਰ ਰਹੇ ਸ਼ੂਟ ਮੈਂ ਅਤੇ ਆਹ ਵਾਹਣ ਵਾਹ ਕੇ ਸਾਗਾ ਦੋ ਵਾਰ ਵਾਹਤਾ, ਹੈ ਨਾ, ਅਤੇ ਇੱਥੇ ਦੋ ਵਾਰੀ ਸਾਗਾ ਲਾਤਾ, ਦੋ ਵਾਰ ਵਾਹ ਕੇ ਦੋ ਵਾਰ ਸਾਗਾ ਲਾ ਕੇ ਦੋ ਵਾਰ ਨਾ ਸਾਗਾ ਇੱਕ ਵਾਰ ਲੱਗਿਆ, ਵਾਹਿਆ ਦੋ ਵਾਰ ਹਾਲਾਂ ਨਾਲ ਅਤੇ ਉਦੋਂ ਬਾਅਦ ਨਰਮਾ ਬੀਤਾ। ਨਰਮੇ ਦੇ ਕਿਹੜਾ ਬਾਹਲੇ ਸੈਡ ਸੀ, ਕੈਰਾ ਛੋਟੇ ਹੀ ਆ ਨਾ, ਇਸ ਕਰਕੇ ਦੇਖ ਲਓ ਅੰਦਾਜ਼ੇ ਨਾਲ ਪਤਾ ਨਹੀਂ ਕਿੰਨੇ ਸੈਡ ਹੋਣਗੇ, ਇੱਕ ਹੋਰ ਲੱਗੂ ਬਸ ਸੈਡ, ਬਾਕੀ ਸਾਰੇ ਤਾਂ ਨਿਬੜ ਗਏ। ਉਹ ਦੇਖੋ ਨਾ ਇੱਧਰ ਆਹ ਕੈਰਾ ਰਹਿੰਦਾ ਬੜੇਵੇਂ ਲਾਉਣ ਵਾਲਾ, ਚਲੋ ਇੰਨੇ ਕੁ ਤਾਂ ਵੀਰ ਹੈ, ਇੰਨੇ ਕੀ ਪੂਰੇ ਪੂਰੀ ਵੀਰ ਨੇ ਜਮਾਂ, ਇੱਥੇ ਲੱਗਣ ਵਾਲੇ ਰਹਿੰਦੇ ਆ। ਕੱਖ ਦੇਖੋ ਯਾਰ, ਹੈ ਨਾ, ਵਾਹਣ ਦੇ ਵਿੱਚ ਕਿੰਨੇ ਜ਼ਿਆਦਾ ਹੋਏ ਨੇ, ਆਹ ਵਿੱਚ ਅੱਧ ਤੋਂ ਵੱਧ ਤਾਂ ਇਹ 'ਚ ਕਣਕ ਹੀ ਹੈ, ਠੀਕ ਹੈ, ਸਾਰੀ ਕਣਕ ਹੀ ਹੈ, ਇਹ ਅੱਧ ਤੋਂ ਵੱਧ ਤਾਂ ਥੋੜ੍ਹੇ ਬਹੁਤੇ ਕੱਖ ਵੀ ਹੈਗੇ ਨੇ ਅਤੇ ਕਣਕ ਵੀ ਹੈਗੀ ਹੈਗੀ। ਫੁੱਲਾਂ ਵਰਗੇ ਪਿੰਡਾਂ ਦੇ ਜਾਏ ਆ, ਕਿੰਨੀਆਂ ਹੀ ਚਿੜੀਆਂ ਲੱਗ ਕੇ ਤੇਰੇ ਤੱਕ ਆਏ ਆ, ਇੰਗਲਿਸ਼ ਵਿੱਚ ਕਹਿਣ ਦਸੰਬਰ ਪੌਦਾ ਹੈ ਜਨਮ ਕੁੜੇ, ਨਰਮੇ ਦੇ ਫੁੱਟਾਂ ਵਰਗੇ ਸਾਵਤਾਂ ਨੂੰ, ਨਲਕਿਆਂ ਦਾ ਪਾਣੀ ਇੱਥੇ ਸੌਂ ਜਾਂਦਾ ਰਾਤਾਂ ਨੂੰ, ਨਲਕਿਆਂ ਦਾ ਪਾਣੀ ਇੱਥੇ ਸੌਂ ਜਾਂਦਾ ਰਾਤਾਂ ਨੂੰ, ਖੁੱਲੀ ਹੋਈ ਪੁਸਤਕ ਵਰਗੇ ਰੱਖਦੇ ਨਾਰਾਜ ਕੁੜੇ ਟੱਪ ਜਾਂਦੀ। ਇੱਧਰ ਮਿਲ ਰਿਹਾ ਪੌਦੇ ਨੂੰ ਤਾਜ਼ਾ ਤਾਜ਼ਾ ਪਾਣੀ ਅਤੇ ਨਾਲ ਹੀ ਤਾਜ਼ੀ ਤਾਜ਼ੀ ਰੋਸ਼ਨੀ, ਪਾਣੀ ਅਤੇ ਰੋਸ਼ਨੀ ਨਾਲ ਮਿਕਸ ਹੋ ਰਹੀ ਆ। ਜਿਹੜੀ ਇੱਥੇ ਹੁਣ ਮੈਂ ਵੀਡੀਓ ਸ਼ੂਟ ਕੀਤੀ ਆ ਨਾ, ਬੈਸਟ ਵੀਡੀਓ ਸ਼ੂਟ, ਮਤਲਬ ਯਾਰ ਕੀ ਸਰਾਣਾ ਵਿਊ ਆ ਰਿਹਾ ਸੀਗਾ ਥੱਲੇ, ਮਤਲਬ ਆਹ ਜਿਹੜੀ ਸ਼ੂਟ ਤੋਂ ਪਹਿਲਾਂ ਤੁਸੀਂ ਵੀਡੀਓ ਦੇਖੀ ਹੋਊਗੀ, ਹੈ ਨਾ, ਮਤਲਬ ਗਾਣਾ ਲੱਗਿਆ ਹੋਇਆ ਸੀ ਇਹ 'ਚ ਲੱਗਿਆ ਹੋਊਗਾ, ਵੈਸੇ ਮੈਂ ਤਾਂ ਇਹ ਤਿਆਰ ਕਰੂੰਗਾ, ਪਤਾ ਨਹੀਂ ਕਿਹੜਾ ਗਾਣਾ ਲੱਗੂਗਾ, ਮੌਕੇ ਦੇਖੂੰਗਾ। ਇਹੋ ਜਿਹਾ ਵਿਊ ਸੀ ਨਾ, ਇੱਥੇ ਜੇ ਬਹਿ ਕੇ ਸ਼ੂਟ ਕੀਤੀ ਸੀ ਮੈਂ, ਇੱਥੋਂ ਆਹ ਚੀਜ਼ ਵਿਊ ਆ ਰਹੀ ਸੀ, ਉੱਧਰ ਸੂਰਜ ਆ ਸੀਗਾ, ਹੈ ਨਾ, ਅਤੇ ਹੁਣੀ ਹੁਣੀ ਤਾਜ਼ੀ ਆਈ ਹੈਗੀ ਲਾਈਟ, ਅਤੇ ਲਾਈਟ ਆਉਣ ਸਰ ਸੱਤ ਲਈ ਪਹੁੰਚ ਚੋ, ਕੋਈ ਪਤਾ ਨਹੀਂ ਕਦੋਂ ਵਗ ਜੇ। ਇਹਨੂੰ ਵੀ ਕਿਤੇ ਥਾਓ ਸਰ ਲਗਾਈਏ, ਹੈ ਨਾ, ਇਹ ਉੱਧਰ ਨਰਮਾ ਬੀਜਣ ਗਏ ਸੀ, ਉੱਥੇ ਖੜਾ ਹੁੰਦਾ, ਇੱਥੇ ਖੜਾਤਾ ਸੀਗਾ। ਸਾਰਿਆਂ ਨੂੰ ਪੈਰ ਭਰੀ ਗੁੱਡ ਮੋਰਨਿੰਗ, ਅਤੇ ਅੱਜ ਜਿਹੜੀ ਸਵੇਰ ਦੀ ਸਟਾਰਟਿੰਗ ਆ, ਪਤਾ ਨਹੀਂ ਮੌਸਮ ਦੁਬਾਰੇ ਫਿਰ ਠੰਡਾ ਹੋ ਗਿਆ ਨਾ, ਮਤਲਬ
ਉਹੀ ਦੁਬਾਰੇ ਕੱਲ੍ਹ ਜਿਹਾ ਵਾਲਾ ਮੌਸਮ ਹੋ ਗਿਆ। ਚੱਲ ਮੀਂਹ ਪੈਣ ਤੋਂ ਪਹਿਲਾਂ ਵੀ ਇਹੋ ਜਿਹੀ ਮੌਸਮ ਸੀਗਾ, ਕੱਲ੍ਹ ਬਸ ਤਰੱਕੀ ਪੈਣ ਲੱਗ ਗਿਆ ਸੀ। ਜਿਹੜਾ ਮੌਸਮ ਚੱਲ ਰਿਹਾ ਇਸ ਵਕਤ ਲੋਕਡਾਊਨ ਦਾ ਨਹੀਂ ਗਾ, ਮੱਝਾਂ ਡਾਕੋ ਇੱਥੇ ਆਉਣਾ ਅਤੇ ਪਾਓ ਠੰਡੀ ਠੰਡੀ ਕੂਲ ਕੂਲ ਹਵਾ ਰਹੀ, ਅਤੇ ਅੱਜ ਜਾਂ ਕੱਲ੍ਹ ਹੁਣ ਚੱਕ ਕੇ ਲਿਆਵਾਂਗੇ ਮੁਰਗੀਆਂ ਦਾ ਰੇਹ, ਪਹਿਲਾਂ ਜਿਹੜਾ ਘਰੇ ਪਿਆ ਉਹ ਪਾਲਾਂਗੇ ਅਤੇ ਉਹ ਤੋਂ ਬਾਅਦ ਬਾਹਰੋਂ ਚੱਕ ਲਿਆਵਾਂਗੇ। ਅਤੇ ਚਲੋ ਫਿਰ ਆਪਾਂ ਅੱਜ ਦੇ ਵਲੋਗ ਦੀ ਇੱਥੇ ਕਰਦੇ ਹਾਂ ਐਂਡ, ਅਤੇ ਆਹ ਵਲੋਗ ਚੰਗਾ ਲੱਗਿਆ ਤਾਂ ਮੇਰੀ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ। ਚਲੋ ਫਿਰ ਆਪਾਂ ਮਿਲਦੇ ਹਾਂ ਹੋਰ ਨਵੀਂ ਵੀਡੀਓ ਦੇ ਵਿੱਚ। ਗੁੱਡ ਬਾਏ ਐਂਡ ਸਤਿ ਸ਼੍ਰੀ ਅਕਾਲ।